ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰੂਪ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਖਬਰ। ਬੀਤੇ ਦਿਨੀ ਡੇਰਾ ਬਾਬਾ ਨਾਨਕ ਵਿਖੇ ਪੁਲਿਸ ਨੂੰ 8 ਸਾਲਾਂ ਬੱਚੇ ਦੀ ਲਾਸ਼ ਸਰਕਾਰੀ ਸਕੂਲ 'ਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ, ਲੇਕਿਨ ਪੁਲਿਸ ਵੱਲੋਂ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਸ ਹੱਤਿਆ ਦੇ ਮਾਮਲੇ 'ਚ ਚਰਚ ਦਾ ਪਾਦਰੀ ਵੀ ਸ਼ਾਮਿਲ ਹੈ। ਬਾਬਾ ਡੇਰਾ ਨਾਨਕ ਦੇ ਪਿੰਡ ਸਿੰਘਪੁਰਾ 'ਚ 4 ਤਰੀਕ ਨੂੰ 8 ਸਾਲਾ ਬੱਚੇ ਅਰਸ਼ ਦੀ ਡੈੱਡ ਬੋਡੀ ਪਿੰਡ ਦੇ ਹੀ ਸਰਕਾਰੀ ਸਕੂਲ 'ਚੋਂ ਮਿਲੀ ਸੀ, ਜਿਸ ਦੀ ਗੁੱਥੀ ਸੁਲਝਾਉਣ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਇੱਕ ਹਫ਼ਤੇ ਦੀ ਤਫਤੀਸ਼ ਦੇ ਬਾਅਦ ਪਤਾ ਚੱਲਿਆ ਕਿ ਪਿੰਡ ਦੀ ਹੀ ਰਹਿਣ ਵਾਲੀ ਸਰਬਜੀਤ ਨਾਮਕ ਮਹਿਲਾ ਦਾ 15 ਸਾਲ ਦਾ ਨਾਬਾਲਿਗ ਬੇਟਾ ਮ੍ਰਿਤਕ ਅਰਸ਼ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ ਸੀ। ਇਸੇ ਦੌਰਾਨ ਉਸਦੀ ਮਾਂ ਨੇ ਉਸਨੂੰ ਦੇਖ ਲਿਆ ਤੇ ਬਦਨਾਮੀ ਤੋਂ ਡਰਦੇ ਹੋਏ ਲੜਕੇ ਦੀ ਮਾਂ ਸਰਬਜੀਤ ਨੇ ਅਰਸ਼ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। 2 ਦਿਨ ਤੱਕ ਮ੍ਰਿਤਕ ਦੇਹ ਨੂੰ ਆਪਣੇ ਘਰ 'ਚ ਲੁਕਾ ਕੇ ਰੱਖਿਆ। ਜਦੋਂ ਪੁਲਿਸ ਦੀ ਹਲਚਲ ਪਿੰਡ 'ਚ ਤੇਜ਼ ਹੋਈ ਤਾਂ ਪਿੰਡ ਦੇ ਹੀ ਇੱਕ ਚਰਚ ਦੇ ਪਾਦਰੀ ਵਿਜੇ ਕੁਮਾਰ ਦੇ ਨਾਲ ਮਿਲ ਕੇ ਮ੍ਰਿਤਕ ਬੱਚੇ ਦੀ ਦੇਹ ਨੂੰ ਸਰਕਾਰੀ ਸਕੂਲ 'ਚ ਸੁੱਟ ਦਿੱਤਾ। ਫਿਲਹਾਲ ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਹੈ ਕਿ 2/12 ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ 8 ਸਾਲ ਦਾ ਮਾਸੂਮ ਅਰਸ਼ ਉਰਫ ਨੂਟਰੀ ਛੋਟਾ ਨਾਂ ਦਾ ਬੱਚਾ ਜਿਹੜਾ ਮਿਸਪਲੇਸ ਸੀਗਾ, ਉਹਦੇ ਸੰਬੰਧ 'ਚ 3/12 ਨੂੰ ਅਸੀਂ ਇੱਕ ਕਿਡਨੈਪਿੰਗ ਦੀ ਜਿਹੜੀ FIR ਦਰਜ ਕੀਤੀ ਸੀ 365 IPC। SSP ਸਾਹਿਬ ਨੇ ਸਾਡੀ ਕਮੇਟੀ ਬਣਾਈ, ਕਿਉਂਕਿ ਬੱਚੇ ਦਾ ਮੈਟਰ ਸੀਗਾ, ਉਹਦੇ ਵਾਸਤੇ ਮੈਂ ਅਤੇ SHO ਮੇਰਾ ਡੇਰਾ ਬਾਬਾ ਨਾਨਕ, ਅਸੀਂ ਦੋਨਾਂ ਨੇ ਪਿੰਡ 'ਚ ਜਾ ਕੇ ਇਨਵੈਸਟੀਗੇਸ਼ਨ ਸਟਾਰਟ ਕੀਤੀ। ਔਰ ਤਕਰੀਬਨ 1 ਹਫ਼ਤਾ ਜਿਹੜਾ ਅਸੀਂ ਲਗਾਤਾਰ ਪਿੰਡ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਅਮਲ 'ਚ ਲਿਆਉਂਦੇ ਰਹੇ, ਨਾਲ ਦਿਸ਼ਾ ਨਿਰਦੇਸ਼ SSP ਸਾਹਿਬ ਦੇ, VP ਵਰਿੰਦਰ ਜੀ, SP ਸਾਹਿਬ ਸਾਡੇ ਉਹਨਾਂ ਦੇ। 3 ਤਰੀਕ ਨੂੰ ਫਿਰ ਕਾਫੀ ਛਾਣਬੀਨ ਕਰਨ ਤੋਂ ਬਾਅਦ 4 ਤਰੀਕ ਅਰਲੀ ਮਾਰਨਿੰਗ ਇਹਦੀ ਜਿਹੜੀ ਆ ਡੈੱਡ ਬੋਡੀ ਸਕੂਲ ਦੀ ਗਰਾਊਂਡ 'ਚੋਂ ਸਾਨੂੰ ਮਿਲ ਗਈ ਸੀ। ਕੋਈ ਅੰਨੇ ਕਤਲ ਦਾ ਜਿਹੜਾ ਸੀ ਪਰਚਾ ਜਿਹੜਾ 302 IPC 'ਚ ਵਾਧਾ ਕੀਤਾ ਗਿਆ, ਅਤੇ ਫਿਰ ਅਸੀਂ ਛਾਣਬੀਨ ਕਰਦੇ ਹੋਏ ਜਿਹੜੀ ਆ ਇੱਥੋਂ ਤੱਕ ਪਹੁੰਚੇ ਕਿ ਇਸ ਨੂੰ ਟਰੇਸ ਕਰ ਲਿਆ। ਔਰ ਇੱਕ ਇੱਥੇ ਲੇਡੀ ਆ ਗਿਰਜਾਘਰ ਦੇ ਲਾਗੇ, ਸਰਬਜੀਤ, ਵਾਈਫ ਆਫ ਲਖਵਿੰਦਰ ਮਸੀਹ, ਇਸਨੇ 4 ਤਰੀਕ ਅਰਲੀ ਮਾਰਨਿੰਗ ਜਿਹੜਾ ਵਾ, ਪਹਿਲਾਂ ਇਸ ਦੇ ਲੜਕੇ ਨੇ ਰਕੇਸ਼ ਕੁਮਾਰ ਨਵਾਲਾ ਗਿਆ 15 ਸਾਲ ਦੇ ਕਰੀਬ, ਉਹ ਅਸ਼ਲੀਲ ਕਿਸਮ ਦਾ ਜਿਹੜਾ ਵਾ ਲੜਕਾ ਗਲਤ ਹੈ, ਉਸਨੇ ਆਪਣਾ ਇਸ ਲੜਕੇ ਨੂੰ ਆਪਣੀ ਅਸ਼ਲੀਲ ਹਰਕਤ ਕੀਤੀ ਇਹਦੇ ਨਾਲ ਕਰਦੇ ਹਾਂ। ਇਹਦੀ ਮਦਰ ਜਿਹੜੀ ਆ ਸਰਬਜੀਤ ਉੱਤੋਂ ਆ ਜਾਂਦੀ ਹੈ, ਉਸ ਦੇ ਕਾਰਨ ਜਿਹੜਾ ਰੌਲਾ ਰੱਪਾ ਪੈਂਦਾ, ਉਹਨੂੰ ਲੁਕਾਉਣ ਦੀ ਛੁਪਾਉਣ ਦੀ ਖਾਤਰ ਜਿਹੜਾ ਇਸਨੇ ਬੱਚੇ ਦਾ ਰਗਾਂ ਮੂੰਹ ਮਲ ਕੱਪੜੇ ਨਾਲ ਨੱਪ ਕੇ ਮਾਰ ਕੇ ਉਸਨੂੰ ਆਪਣੇ ਘਰ ਪੇਟੀ 'ਚ ਰੱਖ ਦਿੱਤਾ। ਲੇਕਿਨ ਪੁਲਿਸ ਦਾ ਦਾਇਰਾ ਵਧਣ ਨਾਲ ਜਿਹੜੀ ਸ਼ਾਮ ਨੂੰ ਸਰਚ ਵੀ ਕੀਤੀ, ਅਗਲੇ ਦਿਨ ਫਿਰ ਸਰਚ ਕਰਨੀ ਸੀ, ਇਸ ਨੇ ਉਹਦਾ ਮੌਕਾ ਭਾਲਦੇ ਹੋਏ ਸਾਹਮਣੇ ਇਹਦੇ ਗਿਰਜਾਘਰ ਹੈ ਉਹਦੇ 'ਚ ਛਾਪੇ ਪਏ ਆ, ਖਾਲੀ ਥਾਂ ਗਰਾਊਂਡ ਛੋਟੀ ਜਿਹੀ ਹੈ ਜਿੱਥੇ ਛਾਪੇ ਪਏ ਹੋਏ ਸਾਹਮਣੇ, ਬਿਲਕੁਲ ਇਹਦੇ ਕੰਧ ਦੇ ਸਾਹਮਣੇ, ਉੱਥੇ ਇਸਨੇ ਉਸਦੀ ਬੋਡੀ ਨੂੰ ਤੜਕੇ ਸੁੱਟ ਦਿੱਤਾ 4 ਵਜੇ ਦੇ ਕਰੀਬ। ਔਰ ਉੱਥੇ ਹੀ ਗਿਰਜਾਘਰ ਦਾ ਪਾਦਰੀ ਆ ਵਿਜੇ ਕੁਮਾਰ, ਉਸ ਨੂੰ ਇਹਨੇ ਸੰਪਰਕ ਕੀਤਾ ਕਿ ਤੇਰੇ ਜਿਹੜੀ ਆ ਬੋਡੀ ਪਈ ਆ, ਉਹ ਹੈਰਾਨ ਹੋ ਗਿਆ। ਉਸਨੇ ਜਦੋਂ ਕਿਹਾ ਵੀ ਠੀਕ ਆ ਆਪਾਂ ਉਹਨਾਂ ਨੂੰ ਜਾ ਕੇ ਮਦਈਆਂ ਦੱਸ ਦੇ, ਇਹਨੇ ਇਮੀਜੀਏਟਲੀ ਉਹਨੂੰ ਕਿਹਾ ਕਿ ਤੇਰੇ 'ਤੇ ਕਤਲ ਦਾ ਪਰਚਾ ਦਰਜ ਹੋਏ ਨਾ, ਮੈਂ ਤੇਰੇ 'ਤੇ ਬਲਾਤਕਾਰ ਦਾ ਪਰਚਾ ਵੀ ਦਰਜ ਕਰਾਊਂਗੀ, ਅਤੇ ਆਪਾਂ ਇਹਨੂੰ ਮੈਂ ਸੁੱਟਣ ਜਾਣਾ ਅਤੇ ਜਲਦੀ ਆਪਣਾ ਮੋਟਰਸਾਈਕਲ ਲਿਆ ਅਤੇ ਮੇਰੇ ਨਾਲ ਚੱਲ। ਉਹ ਇਸ ਦੇ ਅੰਡਰ ਪ੍ਰੈਸ਼ਰ 'ਚ ਹੋ ਕੇ ਇਮੀਜੀਏਟਲੀ ਉਹਨੇ ਆਪਣਾ ਮੋਟਰਸਾਈਕਲ ਲਿਆ, ਇਸ ਔਰਤ ਨੇ ਸਰਬਜੀਤ ਨੇ ਆਪਣੇ ਹੱਥਾਂ 'ਚ ਉਹਦੀ ਬੋਡੀ ਚੁੱਕੀ ਅਤੇ ਚੱਕ ਕੇ ਜਿਹੜੀ ਬਾਹਰ ਸਕੂਲ ਦੀ ਗਰਾਊਂਡ 'ਚ ਬਜਰੀ ਦਾ ਢੇਰ ਛੋਟਾ ਪਿਆ ਸੀਗਾ ਉੱਥੇ ਜਾ ਕੇ ਉਹਨੂੰ ਸੁੱਟਤਾ ਅਤੇ ਆਪਣੇ ਘਰ ਆ ਗਏ। ਇਹ ਛਾਣਬੀਨ ਕਰਦੇ ਹੋਏ ਜਿਹੜੀ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋਈ ਕਿ ਅਸੀਂ ਇਸ ਨੂੰ ਟਰੇਸ ਕੀਤਾ ਉਸ ਮੁਕਦਮੇ ਦੇ ਵਿੱਚ, ਔਰ ਇਸਨੇ ਆਪਣਾ ਜੁਰਮ ਜਿਹੜਾ ਵਾ ਕਬੂਲ ਕੀਤਾ ਕਿ ਮੈਂ ਇਸ ਤਰ੍ਹਾਂ ਕੀਤਾ। ਇਹਦੇ ਵਿੱਚ 3 ਦੋਸ਼ੀ ਜਿਹੜੇ ਆ, ਪਾਦਰੀ ਨੂੰ ਵੀ ਜਿੰਨਾ ਉਹਦਾ ਦੋਸ਼ ਹੈ, ਉਸਨੇ ਸੁੱਟਣ ਦੇ ਵਿੱਚ ਜਿਹੜੀ ਲਾਸ਼ ਨੂੰ ਖੁਰਦ ਬੁਰਦ ਕਰਨ 'ਚ ਇਹਦੀ ਮਦਦ ਕੀਤੀ, ਇਸਨੇ ਜਿਹੜਾ ਕਤਲ ਕੀਤਾ, ਵਜ੍ਹਾ ਜਿਹੜੀ ਇਹਦਾ ਲੜਕਾ ਨਾਬਾਲਗ ਹੈ, ਉਹਨਾਂ ਨੂੰ ਵੀ ਇਹਦੇ 'ਚ ਗ੍ਰਿਫਤਾਰ ਕਰ। ਅੱਜ ਦੇ ਸਮੇਂ 'ਚ ਲੋਕਾਂ ਨੂੰ ਕਾਨੂੰਨ ਦਾ ਜ਼ਰਾ ਵੀ ਖੌਫ ਨਹੀਂ ਰਿਹਾ, ਜੋ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਿਲਕੁਲ ਵੀ ਨਹੀਂ ਕਤਰਾਉਂਦੇ। ਸੋ ਲੋੜ ਹੈ ਪ੍ਰਸ਼ਾਸਨ ਨੂੰ ਕਿ ਇਹੋ ਜਿਹੇ ਦਰਿੰਦਿਆਂ 'ਤੇ ਸਖਤੀ ਨਾਲ ਐਕਸ਼ਨ ਲੈਣ ਦੀ। ਗੁਰਦਾਸਪੁਰ ਤੋਂ ਸੁਖਵੀਰ ਸਿੰਘ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।